ਪ੍ਰਣਾ ਨੇ ਮੇਰੇ ਵੀਰ ਔਰ ਸਾਡੇ ਸਾਰੇ ਜਿੰਨੇ ਹੀ ਆਰਟਿਸਟ ਲੋਕ ਇੱਥੇ ਬੈਠੇ ਨੇ ਸਭ ਸੀਨੀਅਰਸ ਨੇ ਮੇਰੇ ਤੋਂ ਮੈਨੂੰ ਲੱਗਦਾ ਕੁੜੀਆਂ ਨੂੰ ਛੱਡ ਕੇ ਕੁੜੀਆਂ ਛੋਟੀਆਂ ਨੇ ਸ਼ਾਇਦ ਕੰਮ 'ਚ ਇਹ ਵੀ ਸੀਨੀਅਰ ਨੇ ਸੋ ਸਾਰਿਆਂ ਦਾ ਪਿਆਰ ਜਦੋਂ ਸਤਿਕਾਰ ਔਰ ਥੈਂਕਸ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਸ ਮੰਚ 'ਤੇ ਆਪ ਜ਼ਰੂਰ ਖੜ੍ਹੇ ਹੋਣ ਦਾ ਮੌਕਾ ਦਿੱਤਾ ਜ਼ਿਆਦਾ ਗੱਲਾਂ ਬਾਅਦ 'ਚ ਕਰਾਂਗੇ ਸਭ ਤੋਂ ਪਹਿਲਾਂ ਕਹਿੰਦੇ ਵਾਹਿਗੁਰੂ ਦੀ ਹਾਜ਼ਰੀ ਲਾਉਣੀ ਬਹੁਤ ਲਾਜ਼ਮੀ ਹੁੰਦੀ ਹੈ ਮੈਂ ਸ਼ੁਰੂਆਤ ਕਰਾਂਗੀ ਬਾਪੂ ਦੇਵ ਠੇਕਾ ਵਾਲਾ ਦਾ ਜਿਹਦਾ ਬਹੁਤ ਹੀ ਪਿਆਰਾ ਹੱਥ ਮੇਰੇ ਸਿਰ ਦੇ ਉੱਤੇ ਸੱਭਿਆਚਾਰ ਦੀ ਮਿਸਾਲ ਨੇ ਉਹ ਜਿਹਨਾਂ ਨੂੰ ਮਾਣਕ ਜੀ ਨੇ ਗਾਇਆ ਔਰ ਮਾਣਕ ਜੀ ਨੂੰ ਸਾਰ ਬਣਾਉਣ ਵਾਲੇ ਬਾਪੂ ਦੇਵ ਠੇਕਾ ਵਾਲਾ ਮੇਰੇ ਬਜ਼ੁਰਗਾਂ ਨੂੰ ਪਤਾ ਹੋਣਾ ਅੱਜ ਉਹਨਾਂ ਕੋਲ ਵੀ ਪਹੁੰਚਣਾ ਸੀ ਕਿਉਂਕਿ ਮਾੜੀ ਘੜੀ ਉਹਨਾਂ ਦੇ ਉੱਤੇ ਆਈ ਹੈ ਉਹਨਾਂ ਦੀ ਧਰਮ ਪਤਨੀ ਸਵਰਗਵਾਸ ਹੋ ਗਏ ਨੇ ਅੱਜ ਉਹਨਾਂ ਦਾ ਭੋਗ ਸੀ ਬਟ ਇਹ ਪਿਆਰ ਵੀ ਨਹੀਂ ਛੱਡਿਆ ਗਿਆ ਔਰ ਉੱਥੇ ਵੀ ਜਾਣਾ ਚਾਹੇ ਲਾਸਟ 'ਤੇ ਜਾਈਏ ਜਾਊਂਗੀ ਸੋ ਜ਼ਿਆਦਾ ਸਮਾਂ ਨਾ ਲੈਂਦੇ ਬੰਦਾ ਸਿੰਘ ਬਹਾਦਰ ਵਾਰ ਅੱਜ ਜ਼ਰੂਰ ਕਰਨ ਲੱਗੀ ਹਾਂ ਮਾਣਕ ਜੀ ਦੀ ਗਾਈ ਔਰ ਬਾਪੂ ਦੇਵ ਠੇਕਾ ਲਈ ਲਿਖੀ ਉਹਨਾਂ ਦੀ ਕਲਮ 'ਚੋਂ ਕੁਛ ਲਾਈਨਾਂ ਜਿਹੜੀਆਂ ਉਹਨਾਂ ਨੇ ਮਾਣਕ ਜੀ ਨੂੰ ਸਟਾਰ ਬਣਾਉਣ ਦੇ ਵਿੱਚ ਕੰਮ ਦਿੱਤਾ ਉਹ ਸਾਡੇ ਰੂਹ ਨੂੰ ਕਰਦੇ ਹਾਂ ਫਿਰ ਸਾਰੇ ਜਿੰਨੇ ਵੀ ਵਰਕਰਸ ਨੇ ਜਿੰਨੇ ਕੈਮਰਾਮੈਨਸ ਨੇ ਉਹਨਾਂ ਦੀ ਗੱਲ ਵਾਰ ਵਾਰ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਵਾਰ ਬੰਦਾ ਸਿੰਘ ਬਹਾਦਰ ਜੀ